ਆਂਡਾ ਕੋਣ ਜਾਣਾ ਲੱਭਾ ਕੋਣ ਲੱਭਾ ਚੱਲ ਬਾਹਰ ਤੇ ਹੁਣ ਫਿਰ ਹੈ ਆਂਡਾ ਟੁੱਟ ਗਿਆ ਆਂਡਾ ਆਈ ਕੋ ਨਾ ਹੁਣ ਠਹਿਰ ਕੇ ਦੇਣਗੇ ਫਿਰ ਲੈ ਜਾਂਦਾ ਠੀਕ ਹੈ ਠਹਿਰ ਕੇ ਉਹ ਕੁੱਕੜੀ ਆ ਗਈ ਉਹ ਸਾਂਡਾ ਦੇਣਾ ਵੇਖਿਆ ਬੂਹਾ ਨਾ ਬੰਦ ਕੀਤੇ ਫੈਂਸੀ ਕੁੱਕੜੀ ਕਾਲੀ ਸਾਂਡਾ ਦੇਣਾ ਉੱਤੇ ਚੜ ਗਈ ਜੀ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤੂ ਕੀ ਹਾਲ ਹੈ ਜਨਾਬ ਪਿਆਰਿਆਂ ਦੋਸਤਾਂ ਦਾ ਉਮੀਦ ਹੈ ਮਾਸ਼ਾਅੱਲਾ ਤੁਸੀਂ ਸਾਰੇ ਭੈਣ ਭਰਾ ਖੁਸ਼ ਰਾਜ਼ੀ ਹੋਵੋ ਤੇ ਦੁਆ ਕਿ ਅੱਲਾਹ ਪਾਕ ਦੇ ਤੁਹਾਨੂੰ ਸਿਹਤ ਤੰਦਰੁਸਤੀ ਆਪਸ 'ਚ ਡੇਰੋ ਮੁਹੱਬਤਾਂ ਅਤੇ ਦੀਨ ਇਸਲਾਮ ਦੀਆਂ ਸੱਚੀਆਂ ਉਲਫਤਾਂ ਕਰਨੇ ਆ ਅੱਜ ਦਾ ਵਲੋਗ ਸਟਾਰਟ ਔਰ ਮਾਸ਼ਾਅੱਲਾ ਜੀ ਮੌਸਮ ਠੀਕ ਹੈ ਧੁੱਪ ਚੜ ਗਈ ਹੈ ਔਰ ਉਮੀਦ ਹੈ ਕਿ ਸੇਕ ਵੀ ਮਾਸ਼ਾਅੱਲਾ ਬਣ ਸੀ ਬਾਕੀ ਲਾਨ ਵੀ ਮਾਸ਼ਾਅੱਲਾ ਤੋਂ ਪਿੱਛੇ ਨਜ਼ਰ ਆ ਰਿਹਾ ਬਾਰਿਸ਼ਾਂ ਦੀ ਵਜ੍ਹਾ ਤੋਂ ਸਰ ਸਬਜ਼ੋ ਸ਼ਾਦਾਬ ਹੋ ਚੁੱਕੇ ਆ ਕਾਕਾ ਜ਼ੈਨਬ ਵੀ ਨਾਬ ਆਏ ਆ ਵੇਖੋ ਪੌਦਿਆਂ ਨਾਲ ਖੇਡ ਰਿਹਾ ਅਤੇ ਇਹਦੇ ਵਿੱਚ ਛੋਟੀਆਂ ਛੋਟੀਆਂ ਚਿੜੀਆਂ ਦੇਣ ਬੜੀਆਂ ਪਿਆਰੀਆਂ ਉਹਨਾਂ ਦੇ ਨਾਲ ਬਾਹਰ ਲਾਂਝਾ ਬਣਾਇਆ ਮਜ਼ੀਦ ਬਣਾ ਰਹੀਆਂ ਸੈਟਿੰਗ ਕਰ ਰਹੀਆਂ ਆਪਣੀ ਅਤੇ ਪਰਿੰਦਿਆਂ ਬਾਕੀ ਜਿਹੜਾ ਇਹ ਖੁਸ਼ਕਿਸਮਤੀ ਹੁੰਦੀ ਕਿ ਤੁਹਾਡੇ ਘਰ ਆ ਕੇ ਪਰਿੰਦੇ ਜਿਹੜਾ ਕੋਈ ਘੋਂਸਲਾ ਵਗੈਰਾ ਬਣਾਉਣ ਆਂਡੇ ਬੱਚੇ ਕੱਢਣ ਇਹ ਖੁਸ਼ਕਿਸਮਤੀ ਦੀ ਇਲਾਮਤ ਹੈ ਬਾਕੀ ਮਿੰਨੀ ਦੂਰ ਦੇ ਬਰਡ ਜਿਹੜਾ ਉਹਨਾਂ ਦਾ ਥੋੜ੍ਹਾ ਵਿਜ਼ਿਟ ਕਰ ਲੈਂਦੇ ਹਾਂ ਬਾਕੀ ਜਿਹੜਾ ਫਾਰਚੂਨਰ ਜਿਹੜੀ ਹੈ ਧੋਣੇ ਹੀ ਖਾਈ ਹੈ ਬਾਰਿਸ਼ਾਂ ਬੜੀਆਂ ਹੋ ਰਹੀਆਂ ਨੇ ਫਿਰ ਇਨਸ਼ਾਅੱਲਾ ਧਵਾਉਂਦੇ ਹਾਂ ਅਤੇ ਡਾਲਾ ਜਿਹੜਾ ਉਹ ਤਕਰੀਬ ਉਹਨੂੰ ਧਵਾ ਕੇ ਧਵਾਇਆ ਮਾਸ਼ਾਅੱਲਾ ਬਿਲਕੁਲ ਸੁਥਰਾ ਅਤੇ ਇਹ ਫਿਰ ਕੱਢੀ ਰੱਖੀ ਹੈ ਇਹਨੂੰ ਵੀ ਇਨਸ਼ਾਅੱਲਾ ਧਵਾ ਸ਼ਵਾ ਸੈੱਟ ਕਰਨਾ ਕਾਕਾ ਜਿਹੜਾ ਵੀ ਖੋਕ ਲਾਇਆ ਉੱਤੇ ਝਾ ਅਤੇ ਨਾਲੇ ਬਾਹਰ ਵੀ ਚੱਲ ਕੇ ਵੇਖਦੇ ਕਿ ਆਪਣਾ ਵਰਦ ਜਿਹੜਾ ਉਹ ਕੀ ਕਰ ਰਿਹਾ ਮਾਲਦਾਰੀ ਸਾਰੇ ਮਾਮਲਾਤ ਵੇਖਣੇ ਇਨਸ਼ਾਅੱਲਾ ਸੁਬਹਾ ਸੁਬਹਾ ਦਾ ਟਾਈਮ ਹੈ ਸਾਰੀ ਵਿਜ਼ਿਟਿੰਗ ਕਰਨੀ ਚਾਹੀਦੀ ਇੱਕ ਵਾਰ ਮਾਲਦਾਰੀ ਦੀ ਪੌਦੇ ਮਾਸ਼ਾਅੱਲਾ ਜਿਹੜਾ ਨਾ ਹੁਣ ਅਲਹਮਦੁਲਿਲਾ ਕਾਫੀ ਤੋਂ ਨਜ਼ਰ ਆ ਰਿਹਾ ਕਿ ਚਮਕ ਚਮਕ ਰਹੇ ਨੇ ਇਹ ਵੇਖੋ ਮਾਸ਼ਾਅੱਲਾ ਬੜੇ ਪਿਆਰੀ ਵਾੜ ਸਾਰੀ ਲੱਗੀ ਤੋੜ ਤੱਕ ਮਾਸ਼ਾਅੱਲਾ ਸਾਰੇ ਤੇ ਤੁਸੀਂ ਵੇਖ ਰਹੇ ਹੋ ਵਿੱਚ ਵੱਡੇ ਪੌਦੇ ਨੇ ਲੇਕਿਨ ਸਾਰੀ ਵਾੜ ਜਿਹੜੀ ਚਲਦੀ ਨੇ ਪਿਆ ਖਿੜਕੀ ਤੋਂ ਲਾ ਕੇ ਜਨਾਬ ਇਸ ਤਰ੍ਹਾਂ ਜਾਂਦੀ ਹੈ ਅੱਗੋਂ ਕਟਾਈ ਕਰਕੇ ਵੱਟ ਪਾ ਕੇ ਅੱਗੋਂ ਫਿਰ ਵੱਟ ਪਾਉਂਦਾ ਉਹ ਗੇੜ ਤੱਕ ਇਸ ਤਰ੍ਹਾਂ ਦੂਜੀ ਹੈ ਮਾਸ਼ਾਅੱਲਾ ਤਕਰੀਬਨ ਉਹ 2-3 ਮਹੀਨੇ ਤੱਕ ਤਿਆਰ ਹੋ ਗਿਆ ਸੀਨ ਬੜਾ ਪਿਆਰਾ ਬਣ ਜਾਂਦਾ ਮਾਸ਼ਾਅੱਲਾ ਨੂੰ ਹਾਂਜੀ ਉਹ ਮੋਰ ਲੈ ਕੇ ਅੰਦਰ ਵਾੜੀ ਮੋਰ ਬਾਹਰ ਨਿਕਲ ਗਏ ਆ ਜਾਓ ਉਹ ਲੈ ਕੇ ਆਵੋ ਮੋਰ ਕਾਕਾ ਕਹਿ ਰਿਹਾ ਜੀ ਮੋਰ ਬਾਹਰ ਨਿਕਲ ਗਿਆ ਕਬੂਤਰ ਮਾਸ਼ਾਅੱਲਾ ਸਾਰੇ ਉੱਤੇ ਜਾ ਕੇ ਬੈਠੇ ਨੇ ਮੁਰਗੀਆਂ ਸੇਬ ਕੁੱਕੜ ਸ਼ੁੱਕੜ ਜਿਹੜਾ ਜਨਾਬ ਇੱਥੇ ਇੰਜੋਏ ਕਰ ਰਹੇ ਨੇ ਉਹਨਾਂ ਨੂੰ ਫਿਰ ਜਾ ਕੇ ਲਿਆ ਕੇ ਦਾਣੇ ਵੀ ਇਨਸ਼ਾਅੱਲਾ ਪਾਉਂਦੇ ਹਾਂ ਅਤੇ ਮੌਸਮ ਜਿਹੜਾ ਮਾਸ਼ਾਅੱਲਾ ਅੱਜ ਧੁੱਪ ਚੰਗੀ ਜੇ ਇਹਨਾਂ ਨੂੰ ਗਰਮੀ ਵਾਹਵਾ ਲੱਗ ਪੈਣੀ ਜੇ ਕਾਕਾ ਟੁਰ ਗਿਆ ਜਨਾਬ ਸੋਟਾ ਚੁੱਕ ਕਾਕਾ ਲੱਗ ਮਗਰ ਗਿਆ ਮੋਰ ਨਹੀਂ ਨਹੀਂ ਆਉਂਦੀ ਕਾਕਾ ਨਾ ਜੀ ਨਹੀਂ ਆਉਂਦੀ ਮਾਸ਼ਾਅੱਲਾ ਕਾਂ ਵੀ ਜਿਹੜੇ ਨੇ ਬੜੇ ਉਸਤਾਦ ਜੇ ਨੇ ਅਤੇ ਉਹ ਪਹਿਲਾਂ ਬਾਹਰ ਨਿਕਲ ਕਾਲ ਨਿਕਲੀਆਂ ਨਾ ਰਹੀਆਂ ਸਾਰੀਆਂ ਆ ਲੈ ਜਾਣਾ ਬੰਦਰ ਆ ਜਾ ਇਹ ਜਾਂ ਬੂਹਾ ਖੁੱਲ੍ਹੇ ਜਨਾਬ ਦੜਾ ਲਬਾਰ ਇਹਨਾਂ ਦਾ ਬੜਾ ਮਸਲਾ ਬਣਿਆ ਹੁੰਦਾ ਬਕੈਮ ਤਰੀਕਾ ਵੀ ਮਾਸ਼ਾਅੱਲਾ ਉੱਥੇ ਨੀ ਬਣਾ ਮਿੱਟੀ ਗੰਦੇ ਕੱਪੜੇ ਜਾਣਾ ਇਹਨਾਂ ਦੀ ਲਵਾਨੇ ਪੜ ਕੇ ਵੇਖਿਆ ਬੜਾ ਨਜ਼ਾਰਾ ਬਾਈ ਸੀ ਮਾਸ਼ਾਅੱਲਾ ਜਿਹੜੇ ਬਾਹਰ ਸਾਰੇ ਨਾ ਇਹ ਜੇ ਤੱਕ ਸਾਰ ਨਹੀਂ ਹੋਇਆ ਪਿਛਲੇ ਸਾਰ ਤੁਹਾਡੀ ਖੈਰ ਵਾਹ ਵਾਹ ਰੌਣਕ ਬਣ ਗਈ ਗੇਟ ਸਾਹਮਣੇ ਮਾਸ਼ਾਅੱਲਾ ਸਿੱਧੇ ਜਾ ਕੇ ਉੱਤੇ ਬਾਣੇ ਠੱਠ ਕਰ ਦੇਣ ਬਾ ਇੰਨਾ ਥਕੜਾ ਲੈ ਜਾਂਦਾ ਇਨਸਾਨ ਦਾ ਅੱਲਾ ਦੀ ਸ਼ਾਨ ਹੈ ਆਂਡਾ ਦੇ ਆਂਡਾ ਅੰਦਰ ਵਿਆਹ ਤੇ ਲੈਣਾ ਨਾ ਦਰਵਾਜ਼ਾ ਵੀ ਨਾ ਬੰਦ ਕੀਤੇ ਕੋਰੀ ਯਾਰ ਕਬੇ ਜਿਹੜੇ ਨੇ ਬੜੇ ਉਸਤਾਦ ਨੇ ਯਾਰ ਕਬੇ ਨਾ ਹੁੰਦਾ ਅੱਜ ਤੱਕ ਸਾਡੇ ਕਬੂਤਰ ਕਿਸੋ ਹੋ ਜਾਣਾ ਇਹ ਬੜਾ ਆਂਡਿਆਂ ਚਿਬਦੇ ਨੇ ਜੇ ਅਸੀਂ ਦਿੰਦੇ ਜਾਂਦੇ ਨੇ ਆਂਡੇ ਨਾ ਉਹਨਾਂ ਸਾਰੇ ਖਾਨੇ ਖਾਲੀ ਪਏ ਨੇ ਕੋਈ ਆਂਡਾ ਨੇ ਕੋਈ ਆਂਡਾ ਨਹੀਂ ਨਾ ਕੀ ਹੈ ਕਿ ਕਾਵਾਂ ਦੀ ਵਜ੍ਹਾ ਕਾਂ ਬੜੇ ਉਸਤਾਦ ਨੇ ਉਲਾਵਾ ਕਾਕਾ ਜਨਾਬ ਆਂਡਾ ਤਲਾਸ਼ ਕਰ ਰਿਹਾ ਇਸ ਵਾੜੇ 'ਚ ਨਹੀਂ ਲੱਭਾ ਕਾਕਾ ਕਿਉਂ ਉਸ 'ਚ ਚੱਲ ਕੇ ਵੇ ਨੇ ਕੁੜੀਆਂ ਬਾਹਰ ਨੇ ਤਾਂ ਆਂਡਾ ਕਿਉਂ
ਬੂਹਾ ਖੋਲੀ ਆਈ ਉਹਨਾਂ ਅੰਡੇ ਦੇਣੇ ਨੂੰ ਜਾਣਾ ਬਈਏ ਕੋਲ ਨਹੀਂ ਅੰਡਾ ਪਿਛਾ ਹੋਵੇ ਪਿਛਾ ਹੋਵੇ ਹੋਰ ਫਸਿਆ ਉਹਨਾਂ ਦੀ ਪਿਛਾ ਹੋਵੇ ਅੰਡਾ ਕੋਲ ਜਾਣਾ ਬਲੱਬਾ ਕੋਲ ਲੱਭਾ ਚੱਲ ਬਾਹਰ ਤੇ ਹੁਣ ਫਿਰ ਹੈ ਅੰਡਾ ਟੁੱਟ ਗਿਆ ਅੰਡਾ ਆਈ ਕੋ ਨਾ ਆਈ ਹੁਣ ਠਹਿਰ ਕੇ ਦੇਣਗੇ ਫਿਰ ਲੈ ਜਾਂਦਾ ਠੀਕ ਹੈ ਠਹਿਰ ਕੇ ਉਹ ਕੁੱਕੜੀ ਆ ਗਈ ਉਹ ਸਾਂਡਾ ਦੇਣਾ ਵੇਖਿਆ ਬੂਹਾ ਨਾ ਬੰਦ ਕੀਤੇ ਫੈਂਸੀ ਕੁੱਕੜੀ ਕਾਲੀ ਸਾਂਡਾ ਦੇਣਾ ਉੱਤੇ ਚੜ ਗਈ ਹੋਰ ਵੀ ਇਨਸ਼ਾ ਅੰਡਾ ਵੀ ਤੇਰੇ ਨੇ ਪਰ ਕਾਂ ਜਿਹੜਾ ਨੇ ਇਹਨਾਂ ਦਾ ਕਮਰ ਕਰਕੇ ਸੁੱਕ ਪੱਕਾ ਹੀ ਲਾ ਰਿਹਾ ਸਾ ਦੇਖ ਤੂੰ ਮਰਿਆ ਵੀ ਟੰਗਿਆ ਹੋਰ ਵੀ ਬੜੇ ਨਸਲੇ ਆ ਜਾਂਦੇ ਨੇ ਅਜੇ ਤੱਕ ਇੱਕ ਆ ਟੰਗੇ ਆ ਮਰੇ ਆ ਲੇਕਿਨ ਫਿਰ ਵੀ ਆ ਬੈਂਦੇ ਨੇ ਇਹ ਬੜੀ ਜ਼ੁਲਮ ਦੀ ਇਹਨਾਂ ਦੀ ਇੰਤਹਾ ਜਿਹੜੀ ਆ ਹੈ ਸ਼ੇਰਾ ਉਹ ਹੈ ਸ਼ਾਸਤਰੀਆ ਕੁੱਕੜੀ ਤਰਾਹੜੀ ਕਾਕੇ ਉੱਤੇ ਨਾ ਬਣ ਬਹਿ ਰਹੇ ਨੇ ਬਾਣੇ ਛਾਣੇ ਮੰਗਵਾ ਉੱਤੇ ਪਾਈ ਦੇਣ ਖਾ ਖੁੱਕ ਮੋਜਾ ਕਰਦੇ ਕਾਕਾ ਹੀ ਦਿਆਰਾ ਕੁੜੀਆਂ ਬਾਹਰ ਨਿਕਲ ਜਾਣੀਆਂ ਸਾੜੀਆਂ ਕੁੜੀਆਂ ਜਨਾਬ ਜਾਏ ਬੂਹਾ ਖੋਲੋ ਬਾਹਰ ਸਨੋਹ ਦੇ ਬੱਚੇ ਬਰਸ਼ਣ ਦੇ ਨਹਾ ਧੋ ਕੇ ਬੜੇ ਸਾਫ਼ ਹੋ ਗਏ ਨੇ ਮੋਰ ਸਾਹਿਬ ਨਿਕਲੇ ਨੇ ਪੰਖ ਇਹਨਾਂ ਦੇ ਹੁਣ ਸਾਰੇ ਇੱਕ ਵਾਰੀ ਜਿਹੜੇ ਨਾ ਖਰਾਬ ਹੋਏ ਨੇ ਫਿਰ ਸੈੱਟ ਹੋ ਜਾਣ ਦੇ ਗੋਲਡਨ ਕੁੜੀਆਂ ਨੇ ਬਾਹਰ ਨੈਸ਼ਨਲ ਲੈਂਡ ਹੋਈ ਮੋਰ ਨਹੀਂ ਆਈ ਇਹ ਬਾਹਰ ਫਿਰ ਜਾ ਰਹੀ ਅੱਗੇ ਜਨਾਬ ਦੋਸਤੋ ਹੁਣ ਆ ਗਿਆ ਬਾਹਰ ਅੱਜ ਧੋਪੇ ਅਤੇ ਪੱਖੇ ਮਾਸ਼ਾਅੱਲਾ ਫੁੱਲ ਸਪੀਡ ਚੱਲ ਰਹੇ ਨੇ ਆਪਣੇ ਬਿਲਾਲ ਉਰਾ ਵਰਦ ਨੰਦਰ ਬਣੀ ਯਾਰ ਵਰਦ ਸਾਹਿਬ ਵੀ ਖੜੇ ਨੇ ਵਰਦੁਰਾ ਆ ਰਹਾ ਆ ਰਹਾ ਧੁੱਪ ਚੜ ਗਈ ਚਲੀ ਅੰਦਰ ਆ ਰਹਾ ਸ਼ਾਬਾਸ਼ ਵਰਦ ਟੁਰਿਆ ਟੁਰਿਆ ਵਾ ਨਹੀਂ ਮੂਡ ਬਣ ਰਿਹਾ ਤੇਰਾ ਹੈਲੋ ਆ ਰਹਾ ਵਰਦੁਰਾ ਵਰਦ ਜਿਹਾ ਮਾਸ਼ਾਅੱਲਾ ਬਹੁਤ ਖੂਬਸੂਰਤ ਬਣ ਗਿਆ ਅਲਹਮਦੁਲਿਲਾ ਹੁਣ ਇੰਜੋਏ ਮਾਰਦਾ ਆਪਣਾ ਝਸ ਨਾਲ ਥੱਲੇ ਬੋਰੀ ਪੋਲੀ ਪੋਲੀ ਰੇਹ ਤੇ ਉੱਤੇ ਜਨਾਬ ਚੋ ਸਭ ਝਸ ਮਾਰਦੇ ਨੇ ਮਲਕੜੀ ਮਲਕੜੀ ਟੁਰਿਆ ਆਉਂਦਾ ਆ ਜਾ ਔਰ ਅੰਦਰ ਚਲੀ ਅੰਦਰ ਚੰਗੇ ਬਰਾਂਡੇ ਵਿੱਚ ਲੈ ਕੇ ਵੇਖ ਰਿਹਾ ਜਨਾਬ ਲਾਲ ਲੋ ਪਾਣੀ ਦਸਤਿਆਬ ਹੁੰਦਾ ਦਾਣਾ ਉਹ ਬਰਾਂਡੇ ਕੰਜਾਇਆ ਪਿਆ ਉਹ ਸਾਹਮਣਾ ਤੇ ਇਹਨਾਂ ਮਾਸ਼ਾਅੱਲਾ ਪੱਠਾ ਦਿੱਤਾ ਆਪਣਾ ਸਿੱਧਾ ਕਰ ਲਿਆ ਜਨਾਬ ਹੁਣ ਇੰਜੋਏ ਕਰਨੇ ਇਹਨੂੰ ਕੰਜਾਲਾ ਦੇ ਕੇ ਅੰਦਰ ਪਾ ਕੇ ਪਛਾੜੀਆਂ ਉੱਤੇ ਚਲਾ ਛੱਡਣਾ ਪੱਖਾ ਇੰਜੋਏ ਕਰੇ ਸੀ ਮਾਸ਼ਾਅੱਲਾ ਬਲਾਲ ਬਾਈ ਕੰਜਾਲਾ ਚੁੱਕ ਲਿਆ ਲੈ ਕੇ ਆ ਰਹੇ ਨੇ ਇਹਨੂੰ ਦਿੰਦੇ ਹਾਂ ਉਸ ਤੋਂ ਬਾਅਦ ਜਨਾਬ ਅੱਲਾ ਦਾ ਨਾਂ ਲੈ ਕੇ ਅੰਦਰ ਬੰਨਦੇ ਨੇ ਅੰਦਰ ਤਾਂ ਆ ਕੇ ਪੱਖਾ ਲੱਗਾ ਠੱਡੀ ਵਾਂਦੀ ਇੱਥੇ ਫਿਰ ਬਰਾਂਡਾ ਹੀ ਬਣਾਇਆ ਕੋਈ ਕਿਉਂਕਿ ਸਰਦੀਆਂ ਫਿਰ ਧੁੱਪ ਘੱਟ ਲੱਗੇ ਜੀ ਤੋਂ ਸਰਦੀਆਂ ਵਿੱਚ ਸਾਰੇ ਜਿਹੜੀ ਇੱਥੇ ਬਾਹਰ ਸਕੂਨ ਕਰਦਾ ਹੁਣ ਫਿਰ ਕੰਜਾਲਾ ਸੰਜਾਲਾ ਦੇ ਕੇ ਅੰਦਰ ਅੜਾ ਬੰਨਦੇ ਹਾਂ ਲੋ ਜੀ ਦੋਸਤੋ ਵਰਦ ਸਾਹਿਬ ਅੰਦਰ ਬੰਨੇ ਉੱਤੇ ਲਾਇਆ ਪੱਖਾ ਜਨਾਬ ਆਪਣਾ ਇੰਜੋਏ ਕਰ ਰਿਹਾ ਕੱਲ੍ਹ ਬਾਰਿਸ਼ ਵਾਹ ਹੋਈ ਆਰ ਪਾਸ ਚਿੱਕੜ ਖੋਬੀ ਮੱਚੀ ਹੈ ਲੇਕਿਨ ਇਹ ਹੈਗਾ ਸੋਲੰਗ ਸ਼ੁਲੰਗ ਲੱਗ ਗਿਆ ਡੇਰੇ ਉੱਤੇ ਜਿਹੜਾ ਰਾਹ ਛਾਉਂਦਾ ਮਾਸ਼ਾਅੱਲਾ ਬਿਲਕੁਲ ਸਾਫ਼ ਹੋ ਗਿਆ ਅਤੇ ਹੁਣ ਇਹ ਥੋੜ੍ਹੀ ਜਿਹਾ ਰਹਿ ਗਈ ਇੱਥੇ ਸੋਲੰਗ ਲਵਾਉਣਾ ਜਿੱਥੇ ਵਰਦ ਖੁੱਲੀ ਪਈ ਉੱਥੋਂ ਲਾ ਕੇ ਨਾ ਸਾਰਾ ਸਟਾਰਟ ਕਰ ਗਏ ਅੱਗੋਂ ਜਿੱਥੇ ਉਹ ਰੇੜੀ ਮੁੱਦੀ ਹੋਈ ਪਈ ਹੈ ਜਨਾਬ ਇਹ ਇਹ ਪੂਰੀ ਤੱਕ ਲਵਾਉਣਾ ਬਲਕਿ ਉੱਤੇ ਵੀ ਲਵਾਉਣਾ ਪੈਣਾ ਸ਼ਾਇਦ ਵਾਲ ਜਿਹੜਾ ਜਾਂਦਾ ਨਾ ਰਾਹ ਉਹਦੇ ਵਿੱਚ ਵੀ ਇਨਸ਼ਾਅੱਲਾ ਲਵਾਉਣਾ ਪੈਣਾ ਕਿਉਂਕਿ ਫਿਰ ਚਿੱਕੜ ਖੁੱਬ ਆ ਜਾਂਦਾ ਭਰਤੀ ਉੱਚੀ ਢਾਲ ਬਣੀ ਹੋਈ ਥੱਲੇ ਭਰਤੀ ਬੜੀ ਢੁੱਲੀ ਹੈ ਸਾਡੀ ਨਾ ਇਹ ਵੀ ਫਿਰ ਇਨਸ਼ਾਅੱਲਾ ਰਾਹ ਸੈੱਟ ਕਰਾ ਕੇ ਨਾ ਫਿਰ ਕੰਮ ਕਰਦੇ ਹੁੰਦੇ ਇਨਸ਼ਾਅੱਲਾ ਤੇ ਜਿਹੜੀ ਗਾਂਹ ਸੂਈ ਮਾਸ਼ਾਅੱਲਾ ਆਪਣੇ ਪਹਿਲਣ ਜਾ ਪੱਟੇ ਖਾ ਰਹੀ ਸਕੂਨ ਨਾਲ ਫੁਹਾਰੇ ਅੱਗੇ ਨਾ ਚਾਹੀ ਰੱਖੀ ਸਾਰੀਆਂ ਗਾਵਾਂ ਜਾ ਕੇ ਛਾਵੇਂ ਬਹਿ ਕੇ ਫਿਰ ਇਹਨੂੰ ਫੁਹਾਰੇ ਕਰ ਛੱਡ ਬੰਦ ਹੁਣ ਫਿਰ ਇਹਨੇ ਥੋੜ੍ਹੀ ਦੇਰ ਬਾਅਦ ਜਿਸ ਉਹਨੇ ਚਲਾ ਲਾਂ ਤੇ ਫੁਹਾਰਿਆਂ ਨੂੰ ਵੀ ਤੇ ਪੱਖੇ ਚਾਰ ਲੈਣ ਦੀ ਜਗ੍ਹਾ ਅੱਜ ਥੋੜ੍ਹੀ ਵਾਰੀ ਸੁੱਕੇ ਵੀ ਲੇਕਿਨ ਬੜੀ ਗਾਹ ਦੀ ਯਾਰ ਬਣੀ ਅੱਲਾ ਖੈਰ ਕਰੇ ਠੀਕ ਹੋ ਜਾਏ ਇਨਸ਼ਾਅੱਲਾ ਹੋ ਜਾਏ ਸਿਸਟਮ ਤੇ ਫਿਰ ਵੇਖਦੇ ਅੱਲਾ ਖੈਰ ਕਰੇ ਕੀ ਕਰਦਾ ਕਬੂਤਰ ਸਾਹਿਬ ਵੀ ਸਾਰੇ ਤੋਂ ਸਾਰੇ ਥੱਲੇ ਕੋਈ ਗਰਮੀ ਧੁੱਪੇ ਪਾਉਣਾ ਜਿਹੜਾ ਨਾ ਉਹ ਪਸੰਦ ਇੱਡਾ ਨਹੀਂ ਕਰਦੇ ਅੱਜ ਕੱਲ੍ਹ ਗੁਲਾਬ ਦੇ ਫੁੱਲ ਵੀ ਐਸਾ ਐਸਾ ਮਾਸ਼ਾਅੱਲਾ ਖਿਲ ਰਹੇ ਨੇ ਇਹਨਾਂ ਦਾ ਸੀਜ਼ਨ ਆਉਣਾ ਫਿਰ ਮਾਸ਼ਾਅੱਲਾ ਵਾਹ ਵਾਹ ਜਿਹੜਾ ਨਾ ਫੁੱਲ ਛੁੱਲੇ ਵੀ ਲੱਗ ਜਾਂਦੇ ਨੇ ਮੋਰ ਵੀ ਕੱਲੀ ਬਾਹਰ ਫਿਰ ਰਹੀ ਹੈ ਦੇਖ ਮੋਰ ਜਿਹੜਾ ਆਜ਼ਾਦ ਹੋਇਆ ਵਾਹ ਡੰਗਾਂ ਦਾ ਆਪਣੀ ਮਰਜ਼ੀ ਨਾਲ ਕਦੀ ਆਉਂਦਾ ਕਦੀ ਜਾਂਦਾ ਰਹਿੰਦਾ ਇੱਥੇ ਨਿਕਲਦਾ ਨਹੀਂ ਲੇਕਿਨ ਪਾਸੋਂ ਕਦੀ ਨਿਕਲਿਆ ਫਿਰ ਨਜ਼ਰ ਨਹੀਂ ਆ ਰਿਹਾ
ਇਹ ਬਾਹਰ ਆਪਣਾ ਇੰਜੋਏ ਕਰ ਲਾਂਗੇ। ਕੁੱਕੜੀਆਂ ਸੌੜੀਆਂ ਪਈਆਂ ਬਾਹਰ ਲੈਣਾ, ਬਾਹਰ ਬਾਹਰ ਕੜੀ ਬੂਟੇ ਬੜੇ ਖਰਾਬ ਕਰ ਦੇਣਗੇ। ਆਹ ਕੋਈ ਫੁੱਲ ਸ਼ੁੱਲ ਮਾਸ਼ਾਅੱਲਾ ਲੱਗੇ ਨੇ, ਹਲਕੇ ਫੁੱਲ ਗੇੜੇ ਨੇ, ਇੱਕ ਸਫੈਦ ਕਲਰ ਵਿੱਚ ਨੇ, ਇੱਕ ਬਲੂ ਕਲਰ ਵਿੱਚ ਨੇ, ਮਾਸ਼ਾਅੱਲਾ ਵਾਹ ਪਿਆਰੇ ਨੇ। ਬਾਕੀ ਮਾਸ਼ਾਅੱਲਾ ਸਾਰੇ ਪੌਦੇ ਨੂੰ ਖੁਸ਼ਹਾਲ ਹੋਏ ਨੇ ਅਤੇ ਇਨਸ਼ਾਅੱਲਾ ਫਿੱਟ ਹੋ ਜਾਣਗੇ। ਅਤੇ ਇਹ ਸੀ ਅੱਜ ਦੀ ਸਾਡੀ ਸੋਹਣੀ ਅਤੇ ਪਿਆਰੀ ਵਧੀਆ ਵੀਡੀਓ। ਉਮੀਦ ਕਰਾਂ ਵੀਡੀਓ ਤੁਹਾਨੂੰ ਚੰਗੀ ਲੱਗੀ, ਇਹ ਵੀਡੀਓ ਅਗਰ ਤੁਹਾਨੂੰ ਚੰਗੀ ਲੱਗੀ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਚੈਨਲ ਯਾਰ ਸਬਸਕ੍ਰਾਈਬ ਕਰ ਕੇ ਹੌਸਲਾ ਅਫਜ਼ਾਈ ਕੀਤਾ ਕਰੋ। ਅਤੇ ਅੱਲਾ ਪਾਕ ਦੇ ਤੁਹਾਨੂੰ ਸਿਹਤ ਅਤੇ ਤੰਦਰੁਸਤੀਆਂ ਅਤੇ ਦੋਵਾਂ ਜਾਨਾਂ ਦੀਆਂ ਕਾਮਯਾਬੀਆਂ, ਅਤੇ ਅੱਲਾ ਪਾਕ ਤੁਹਾਨੂੰ ਆਪਣੀ ਜ਼ਾਤ ਤੋਂ ਸਵਾ ਕਦੇ ਵੀ ਕਿਸੇ ਦਾ ਮੁਹਤਾਜ ਨਾ ਫਰਮਾਉਣ। ਓਕੇ ਫਿਰ ਇਹਨਾਂ ਦੁਆਵਾਂ ਦੇ ਨਾਲ ਅੱਲਾ ਹਾਫਿਜ਼।